ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਤੀ ਸਤਕਾਰਯੋਗ ਭਗਤ ਕਬੀਰ ਜੀ ਦੇ ਵੱਲੋਂ ਉਚਾਰਨ ਕੀਤੇ ਹੋਏ ਜਿਹੜੇ ਸ਼ਲੋਕ ਨੇ ਉਹਨਾਂ ਦੀ ਲੜੀਵਾਰ ਵਿਚਾਰ ਨੂੰ ਆਪਾਂ ਸਭਨਾਂ ਨੇ ਰਲ ਮਿਲ ਕੇ ਸ਼ੁਰੂ ਕੀਤਾ ਹੋਇਆ ਹੈ। ਚਾਰ ਸ਼ਲੋਕਾਂ ਦੀ ਵਿਚਾਰ ਹੋ ਚੁੱਕੀ ਹੈ ਅਤੇ ਅੱਜ ਆਪਾਂ ਪੰਜਵੇਂ ਸ਼ਲੋਕ ਦੀ ਵਿਚਾਰ ਨੂੰ ਸਾਂਝਿਆਂ ਕਰਨਾ ਹੈ। ਜਿਨ੍ਹਾਂ ਨੇ ਪਿਛਲੇ ਚਾਰ ਸ਼ਲੋਕਾਂ ਦੀ ਵਿਚਾਰ ਨੂੰ ਨਹੀਂ ਸੁਣਿਆ ਉਹ ਮੇਰੇ ਯੂਟਿਊਬ ਅਤੇ ਫੇਸਬੁੱਕ ਦੇ ਉੱਤੇ ਜਾ ਕੇ ਵਿਚਾਰ ਨੂੰ ਸੁਣ ਸਕਦੇ ਨੇ। ਯੂਟਿਊਬ ਦੇ ਉੱਤੇ ਵੀ ਅਤੇ ਫੇਸਬੁੱਕ ਦੇ ਉੱਤੇ ਵੀ ਪਲੇਲਿਸਟ ਬਣਾਈ ਹੋਈ ਹੈ। ਪਲੇਲਿਸਟ ਦਾ ਨਾਮ ਹੈ ਸ਼ਲੋਕ ਭਗਤ ਕਬੀਰ ਜੀਓ ਕੇ। ਉੱਥੇ ਜਾਓਗੇ ਅਤੇ ਤੁਹਾਨੂੰ ਪਿਛਲੇ ਚਾਰ ਸ਼ਲੋਕਾਂ ਦੀ ਵਿਚਾਰ ਉੱਥੇ ਮਿਲ ਜਾਵੇਗੀ। ਅੱਜ ਆਪਾਂ ਵਿਚਾਰ ਕਰਨੀ ਹੈ ਪੰਜਵੇਂ ਸ਼ਲੋਕ ਦੀ। ਪੰਜਵੇਂ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਨੇ, ਕਬੀਰ ਐਸਾ ਏਕ ਆਦਿ ਜੋ ਜੀਵਤ ਮ੍ਰਿਤਕ ਹੋਏ, ਨਿਰਭੈ ਹੋਏ ਕੈ ਗੁਣ ਰਵੈ, ਜਤ ਪੇਖੋਂ ਤਤ ਸੋਏ। ਭਗਤ ਕਬੀਰ ਜੀ ਨੇ ਬੜੀ ਹੀ ਕਮਾਲ ਦੀ ਗੱਲ ਇਸ ਪਾਵਨ ਸ਼ਲੋਕ ਦੇ ਵਿੱਚ ਸਾਡੇ ਸਾਹਮਣੇ ਰੱਖੀ ਹੈ। ਕਹਿੰਦੇ ਨੇ, ਹੇ ਕਬੀਰ, ਐਸਾ ਏਕ ਆਦਿ, ਕਹਿੰਦੇ ਇਹੋ ਜਿਹਾ ਕੋਈ ਦੁਨੀਆ ਦੇ ਉੱਤੇ ਨਾ ਇੱਕ ਅੱਧਾ ਹੀ ਮਨੁੱਖ ਹੁੰਦਾ ਹੈ। ਆਪਾਂ ਕਹਿੰਦੇ ਹਾਂ ਨਾ, ਇਹੋ ਜਿਹਾ ਤਾਂ ਕੋਈ ਇੱਕ ਅੱਧਾ ਹੀ ਹੈ ਦੁਨੀਆ ਦੇ ਉੱਤੇ, ਇਹਦੇ ਵਰਗਾ ਤਾਂ ਕੋਈ ਇੱਕ ਅੱਧਾ ਹੀ ਹੈ ਦੁਨੀਆ ਦੇ ਉੱਤੇ। ਅਸੀਂ ਆਮ ਬੋਲਚਾਲ ਦੇ ਵਿੱਚ ਇਹ ਲਫ਼ਜ਼ ਵਰਤਦੇ ਹਾਂ। ਸੇਮ ਟੂ ਸੇਮ ਭਗਤ ਕਬੀਰ ਜੀ ਨੇ ਵੀ ਉਸੇ ਤਰੀਕੇ ਦੇ ਨਾਲ ਹੀ ਇੱਥੇ ਲਫ਼ਜ਼ ਜਿਹੜੇ ਨੇ ਉਹ ਵਰਤੇ ਨੇ। ਕਬੀਰ ਐਸਾ ਏਕ ਆਦਿ, ਹੇ ਕਬੀਰ, ਇਸ ਦੁਨੀਆ ਦੇ ਵਿੱਚ ਇਹੋ ਜਿਹਾ ਨਾ ਕੋਈ ਇੱਕ ਅੱਧਾ ਹੀ ਹੁੰਦਾ ਹੈ ਜੋ ਜੀਵਤ ਮ੍ਰਿਤਕ ਹੋਏ, ਜਿਹੜਾ ਨਾ ਜਿਉਂਦੇ ਜੀ ਮਰ ਜਾਵੇ। ਹੁਣ ਬੜੀ ਕਮਾਲ ਦੀ ਗੱਲ ਹੈ, ਜਿਉਂਦੇ ਜੀ ਮਰ ਜਾਵੇ, ਮਤਲਬ ਗੱਲ ਕੀ ਹੈ, ਜਿਉਂਦੇ ਜੀ ਕਿਵੇਂ ਮਰਿਆ ਜਾਂਦਾ? ਇਹ ਸਰੀਰ ਜਿਹੜਾ ਹੈਗਾ ਇਸ ਟਾਈਮ ਜੀ ਰਿਹਾ, ਸਵਾਸ ਜਿਹੜੇ ਨੇ ਉਹ ਚੱਲਦੇ ਪਏ ਨੇ। ਹੁਣ ਇੱਕ ਤਾਂ ਉਹ ਡੈਥ ਹੋਏਗੀ ਨਾ ਵੀ ਬੰਦਾ ਮਰ ਗਿਆ, ਸਾਹ ਆਉਣੇ ਬੰਦ ਹੋ ਗਏ, ਆਪਾਂ ਕਹਾਂਗੇ ਜੀ ਇਸ ਬੰਦੇ ਦੀ ਡੈਥ ਹੋ ਗਈ, ਕੋਈ ਸਾੜ ਦੇਵੇਗਾ, ਕੋਈ ਦਫਨਾ ਦੇਵੇਗਾ, ਇੱਕ ਤਾਂ ਉਹ ਵਾਲੀ ਮੌਤ ਹੁੰਦੀ ਹੈ। ਪਰ ਇੱਥੇ ਭਗਤ ਕਬੀਰ ਜੀ ਨੇ ਜਿਹੜੀ ਗੱਲ ਕੀਤੀ ਨਾ, ਉਹ ਕਹਿੰਦੇ ਜਿਉਂਦੇ ਜੀ ਮਰਨਾ ਹੈ, ਸਰੀਰ ਜੀ ਰਿਹਾ ਹੋਏਗਾ, ਸਾਹ ਚੱਲ ਰਹੇ ਹੋਣਗੇ, ਪਰ ਬੰਦਿਆ ਤੂੰ ਮਰਨਾ ਹੈ। ਅਤੇ ਐਸਾ ਦੁਨੀਆ ਦੇ ਉੱਤੇ ਕੋਈ ਇੱਕ ਅੱਧਾ ਹੀ ਮਨੁੱਖ ਹੈਗਾ ਹੈ ਜਿਹੜਾ ਜਿਉਂਦੇ ਜੀ ਮਰ ਜਾਂਦਾ। ਬੜੀ ਕਮਾਲ ਦੀ ਗੱਲ ਹੈ, ਭਗਤ ਕਬੀਰ ਜੀ ਜਿਉਂਦੇ ਜੀ ਕਿਵੇਂ ਮਰਿਆ ਜਾਂਦਾ ਸਮਝਾਓ ਸਾਨੂੰ। ਵੇਖੋ, ਹਰ ਇੱਕ ਗੱਲ ਦਾ ਜਵਾਬ ਜਿਹੜਾ ਹੈ ਨਾ ਉਹ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਹੀ ਮਿਲੇਗਾ ਕਿ ਜਿਉਂਦੇ ਜੀ ਕਿਵੇਂ ਮਰਿਆ ਜਾਂਦਾ। ਜਿਵੇਂ ਮੈਂ ਅੱਗੇ ਵੀ ਕਈ ਵਾਰ ਇਹ ਗੱਲ ਸਾਂਝੀ ਕੀਤੀ ਹੈ ਕਿ ਗੁਰਬਾਣੀ ਦੇ ਵਿੱਚ ਤਿੰਨ ਪ੍ਰਕਾਰ ਦੀ ਮੌਤ ਦਾ ਜ਼ਿਕਰ ਆਇਆ ਹੈ। ਸਭ ਤੋਂ ਪਹਿਲੀ ਮੌਤ ਹੈ ਸਰੀਰਕ ਮੌਤ, ਵੀ ਜੇ ਇਹ ਸਰੀਰ ਸਾਡਾ ਪੈਦਾ ਹੋਇਆ ਹੈ ਤਾਂ ਇਹਨੇ ਮਰਨਾ, ਜੋ ਜਨਮੈ ਤਿਸ ਸਰ ਪਰ ਮਰਨਾ, ਕਿਰਤ ਪਿਆ ਸਿਰਸਾਹਾ ਹੈ, ਜਿਹੜਾ ਜੰਮਦਾ ਹੈ ਉਹ ਮਰਦਾ ਵੀ ਹੈ। ਠੀਕ ਹੈ ਨਾ, ਇਹ ਇੱਕ ਅਟਲ ਸੱਚਾਈ ਹੈ। ਕੋਈ ਵੀ ਸਰੀਰ ਕਰਕੇ ਸਦੀਵ ਜਿਉਣ ਵਾਲਾ ਨਹੀਂ ਹੈ ਇਸ ਧਰਤੀ ਦੇ ਉੱਤੇ, ਇਸ ਗੱਲ ਨੂੰ ਚੇਤੇ ਰੱਖਿਓ। ਪਹਿਲੀ ਮੌਤ ਹੈ ਸਰੀਰਕ ਮੌਤ। ਦੂਜੀ ਮੌਤ ਕਿਹੜੀ ਹੈ? ਦੂਜੀ ਮੌਤ ਹੁੰਦੀ ਹੈ ਆਤਮਕ ਮੌਤ। ਸਰੀਰ ਜੀ ਰਿਹਾ ਪਰ ਬੰਦਾ ਨਾ ਅੰਦਰੋਂ ਦੀ ਡੈੱਡ ਹੋ ਗਿਆ, ਸਰੀਰ ਜੀ ਰਿਹਾ ਪਰ ਬੰਦਾ ਅੰਦਰੋਂ ਦੀ ਮਰਿਆ ਪਿਆ, ਜ਼ਮੀਰ ਕਰਕੇ ਮਰਿਆ ਪਿਆ। ਜਿਵੇਂ ਅਸੀਂ ਇੱਕ ਵਾਕ ਪੜ੍ਹਦੇ ਹਾਂ ਨਾ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ। ਇਹਨੂੰ ਕਿਹਾ ਜਾਂਦਾ ਆਤਮਕ ਮੌਤ। ਗੌਰ ਕਰਿਓ, ਕਹਿੰਦੇ ਬਾਹਰੋਂ ਭਾਵੇਂ ਬੰਦਾ ਸ਼ਕਲ ਕਰਕੇ ਬੜਾ ਸੋਹਣਾ, ਭਾਵੇਂ ਕੋਈ ਮਰਦ ਹੈ ਜਾਂ ਔਰਤ ਹੈ, ਦੋਨਾਂ ਦੀ ਗੱਲ ਹੈ, ਅਤ ਸੁੰਦਰ ਕੁਲੀਨ, ਆਪਣੇ ਆਪ ਨੂੰ ਉੱਚੀ ਕੁੱਲ ਵਾਲਾ ਕਿਉਂ ਨਾ ਖਵਾਉਂਦਾ ਹੋਵੇ ਕਿ ਮੇਰੀ ਕੁੱਲ ਜਿਹੜੀ ਹੈ ਉਹ ਬਹੁਤ ਉੱਚੀ ਹੈ, ਅਤ ਦਾ ਸੋਹਣਾ ਕਿਉਂ ਨਾ ਹੋਵੇ, ਅਤ ਸੁੰਦਰ ਕੁਲੀਨ ਚਤੁਰ, ਬੜਾ ਚਤੁਰ ਕਿਉਂ ਨਾ ਹੋਵੇ, ਮੁੱਖ ਗਿਆਨੀ, ਮੁੱਖ ਤੋਂ ਗਿਆਨ ਦੀਆਂ ਗੱਲਾਂ ਵੀ ਬਥੇਰੀਆਂ ਕਰ ਲੈਂਦਾ ਹੋਵੇ, ਧਨਵੰਤ ਅਤੇ ਧਨਾੜ ਵੀ ਬਥੇਰਾ ਹੋਵੇ, ਮਿਲੀਨੀਅਰ ਬਿਲੀਨੀਅਰ ਹੋਵੇ, ਕਰੋੜਪਤੀ ਹੋਵੇ ਭਾਵੇਂ, ਪਰ ਅਗਲੀ ਗੱਲ ਆਖੀ ਮ੍ਰਿਤਕ ਕਹੀਏ ਨਾਨਕਾ, ਕਹਿੰਦੇ ਪਰ ਉਹਨੂੰ ਮ੍ਰਿਤਕ ਕਿਹਾ ਜਾਏਗਾ। ਪਤਾ ਕਿਉਂ?
ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ, ਕਿਉਂਕਿ ਉਹਦੀ ਭਗਵੰਤ ਦੇ ਨਾਲ ਪ੍ਰੀਤ ਨਹੀਂ ਹੈ। ਜੇ ਭਗਵੰਤ ਨਾਲ ਪ੍ਰੀਤ ਨਹੀਂ ਹੈ ਨਾ, ਫਿਰ ਉਹ ਮ੍ਰਿਤਕ ਹੈ। ਭਾਵ ਜੇ ਚੰਗੇ ਗੁਣਾਂ ਦੇ ਨਾਲ ਉਹਨੇ ਆਪਣੀ ਪ੍ਰੀਤ ਨਹੀਂ ਪਾਈ, ਸਤ, ਸੰਤੋਖ, ਦਇਆ, ਧੀਰਜ, ਇਮਾਨਦਾਰੀ, ਜੇ ਇਹਨਾਂ ਚੰਗੇ ਗੁਣਾਂ ਦੇ ਨਾਲ ਉਸ ਬੰਦੇ ਦੀ ਪ੍ਰੀਤ ਨਹੀਂ ਹੈ, ਜੇ ਉਸ ਬੰਦੇ ਨੇ ਚੰਗੇ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਕਮਾਇਆ, ਤਾਂ ਕਹਿੰਦੇ ਉਹ ਠੀਕ ਹੈ, ਸਰੀਰ ਕਰਕੇ ਜੀ ਰਿਹਾ, ਬੜਾ ਸੋਹਣਾ ਹੈ, ਆਪਣੇ ਆਪ ਨੂੰ ਉੱਚੀ ਕੁਲ ਦਾ ਵੀ ਖਵਾਈ ਜਾਂਦਾ ਹੈ, ਬੜਾ ਚਲਾਕ ਵੀ ਹੈ, ਚਤੁਰ ਵੀ ਹੈ, ਮੁੱਖ ਤੋਂ ਗਿਆਨ ਦੀਆਂ ਗੱਲਾਂ ਵੀ ਕਰ ਲੈਂਦਾ ਹੈਗਾ, ਪੈਸੇ ਵਾਲਾ ਵੀ ਬਥੇਰਾ, ਪਰ ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ, ਗੁਣਾਂ ਨਾਲ ਇਹਦੀ ਸਾਂਝ ਨਹੀਂ ਹੈ, ਇਸ ਕਰਕੇ ਸਰੀਰ ਕਰਕੇ ਤਾਂ ਇਹ ਜੀ ਰਿਹਾ ਹੈ, ਸਾਹ ਇਹਦੇ ਚੱਲਦੇ ਪਏ ਨੇ, ਪਰ ਜ਼ਮੀਰ ਕਰਕੇ ਡੈੱਡ ਹੋਇਆ ਪਿਆ, ਮਰਿਆ ਹੋਇਆ, ਆਖਾਂ ਜੀਵਾਂ ਵਿਸਰਿਆ ਮਰ ਜਾਊਂ, ਇਹਨੂੰ ਸੱਚ ਵਿਸਰਿਆ ਹੋਇਆ, ਚੰਗੇ ਗੁਣ ਵਿਸਰੇ ਹੋਏ ਨੇ, ਅਤੇ ਆਤਮਕ ਤੌਰ ਦੇ ਉੱਤੇ ਇਹ ਡੈੱਡ ਹੋਇਆ ਪਿਆ ਹੈ। ਇਹ ਹੈ ਦੂਜੀ ਮੌਤ, ਜ਼ਮੀਰ ਦਾ ਮਰ ਜਾਣਾ। ਤੀਜੀ ਮੌਤ ਜਿਹੜੀ ਹੁੰਦੀ ਹੈ ਉਹ ਕਿਹੜੀ ਹੈ? ਉਹ ਹੈ ਸ਼ਬਦ ਵਾਲੀ ਮੌਤ, ਜਿਹਦੇ ਬਾਰੇ ਵਿੱਚ ਅਸੀਂ ਪੜ੍ਹਦੇ ਹਾਂ, ਸ਼ਬਦ ਮਰੋ ਫਿਰ ਜੀਵੋ, ਸਦ ਹੀ ਤਾਂ ਫਿਰ ਮਰਨ ਨਾ ਹੋਈ। ਸ਼ਬਦ ਵਾਲੀ ਮੌਤ 'ਤੇ ਕਿਵੇਂ ਮਰਿਆ ਜਾਂਦਾ? ਭਾਵ ਜਿਸ ਮਨੁੱਖ ਨੇ ਚੰਗੇ ਗੁਣਾਂ ਨਾਲ ਸਾਂਝ ਪਾ ਲਈ ਹੈ ਨਾ, ਉਹ ਵੀ ਮਰ ਗਿਆ। ਸ਼ਬਦ ਮਰੋ, ਉਹ ਸ਼ਬਦ ਵਾਲੀ ਮੌਤ 'ਤੇ ਮਰ ਗਿਆ, ਭਾਵ ਉਹਨੇ ਚੰਗੇ ਗੁਣਾਂ ਨਾਲ ਸਾਂਝ ਪਾ ਲਈ ਹੈ ਅਤੇ ਉਹਨਾਂ ਬੁਰਿਆਈਆਂ ਦੇ ਵੱਲੋਂ ਹੁਣ ਮਰ ਚੁੱਕਿਆ ਹੈ। ਉਹਨੇ ਚੰਗੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਇਆ ਅਤੇ ਬੁਰਿਆਈਆਂ ਵਾਲੇ ਪਾਸੇ ਤੋਂ ਮਰ ਗਿਆ, ਕਾਮ ਦੇ ਭੈੜੇ ਪ੍ਰਭਾਵ ਵਾਲੇ ਪਾਸੇ ਤੋਂ ਮਰ ਗਿਆ, ਕ੍ਰੋਧ ਦੇ ਭੈੜੇ ਪ੍ਰਭਾਵ ਵਾਲੇ ਪਾਸੇ ਤੋਂ ਮਰ ਗਿਆ, ਲਾਲਚ ਦੇ ਭੈੜੇ ਪ੍ਰਭਾਵ ਵਾਲੇ ਪਾਸੇ ਤੋਂ ਮਰ ਗਿਆ, ਹੰਕਾਰ ਦੇ ਭੈੜੇ ਪ੍ਰਭਾਵ ਵਾਲੇ ਪਾਸੇ ਤੋਂ ਮਰ ਗਿਆ, ਮੋਹ ਦੇ ਭੈੜੇ ਪ੍ਰਭਾਵ ਵਾਲੇ ਪਾਸੇ ਤੋਂ ਮਰ ਗਿਆ, ਚੁਗਲੀ, ਨਿੰਦਿਆ, ਈਰਖਾ, ਦਵੈਸ਼ ਭਾਵਨਾ, ਇਹਨਾਂ ਸਾਰੇ ਪਾਸੇ ਤੋਂ ਉਹ ਮਰਿਆ ਪਿਆ। ਭਾਵ ਉਸ ਮਨੁੱਖ ਦੇ ਉੱਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਭੈੜੇ ਪ੍ਰਭਾਵ ਦਾ ਕੋਈ ਪ੍ਰਭਾਵ ਪੈਂਦਾ ਹੀ ਨਹੀਂ ਹੈ, ਠੀਕ ਹੈ ਨਾ। ਇਹਨੂੰ ਕਿਹਾ ਜਾਂਦਾ ਸ਼ਬਦ ਵਾਲੀ ਮੌਤ 'ਤੇ ਮਰਨਾ, ਸ਼ਬਦ ਮਰੋ। ਜਿਸ ਮਨੁੱਖ ਨੂੰ ਸ਼ਬਦ ਵਾਲੀ ਮੌਤ 'ਤੇ ਮਰਨਾ ਆ ਗਿਆ ਨਾ, ਭਾਵ ਜ਼ਿੰਦਗੀ ਵਿੱਚ ਗੁਣਾਂ ਨੂੰ ਕਮਾਉਣਾ ਆ ਗਿਆ, ਜਿਸ ਨੇ ਆਪਣੀ ਜ਼ਿੰਦਗੀ ਵਿੱਚ ਚੰਗੇ ਗੁਣਾਂ ਨੂੰ ਕਮਾ ਲਿਆ, ਤੁਸੀਂ ਦੱਸੋ ਕਿ ਉਸ ਮਨੁੱਖ ਦੇ ਉੱਤੇ ਭੈੜੇ ਵਿਚਾਰ ਜਿਹੜੇ ਨੇ ਉਹ ਹਮਲਾ ਕਰ ਸਕਦੇ ਨੇ? ਉਸ ਮਨੁੱਖ ਦੇ ਉੱਤੇ ਇਹ ਭੈੜੀਆਂ ਚੀਜ਼ਾਂ ਜਿਹੜੀਆਂ ਨੇ, ਚੁਗਲੀ, ਨਿੰਦਿਆ, ਈਰਖਾ, ਦਵੈਸ਼ ਭਾਵਨਾ, ਇਹ ਆਪਣਾ ਪ੍ਰਭਾਵ ਪਾ ਸਕਦੀਆਂ ਨੇ? ਨਹੀਂ ਪਾ ਸਕਦੀਆਂ। ਕਿਉਂ? ਕਿਉਂਕਿ ਉਹਨੇ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਹੋਇਆ, ਉਸਨੇ ਸੱਚੇ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਹੋਇਆ ਹੈ। ਇਹਨੂੰ ਕਿਹਾ ਜਾਂਦਾ ਸ਼ਬਦ ਵਾਲੀ ਮੌਤ 'ਤੇ ਮਰਨਾ, ਸ਼ਬਦ ਮਰੋ। ਜਿਹੜਾ ਮਨੁੱਖ ਸ਼ਬਦ ਵਾਲੀ ਮੌਤ 'ਤੇ ਮਰ ਜਾਂਦਾ ਹੈ ਨਾ, ਚੰਗੇ ਗੁਣਾਂ ਨੂੰ ਜ਼ਿੰਦਗੀ ਵਿੱਚ ਕਮਾ ਲੈਂਦਾ ਹੈ ਨਾ, ਫਿਰ ਜੀਵੋ ਸਦ ਹੀ, ਉਹ ਸਦਾ ਹੀ ਜਿਉਂਦਾ। ਸਦਾ ਜਿਉਣ ਦਾ ਅਰਥ ਇਹ ਨਹੀਂ ਹੈ ਕਿ ਸਰੀਰ ਕਰਕੇ ਸਦਾ ਜਿਉਂਦਾ, ਸਦਾ ਜਿਉਣ ਦਾ ਅਰਥ ਇਹ ਹੈ ਜ਼ਮੀਰ ਕਰਕੇ ਸਦਾ ਜਿਉਂਦਾ। ਜਦੋਂ ਤੱਕ ਸਰੀਰ ਕਰਕੇ ਇਸ ਧਰਤੀ ਉੱਤੇ ਮੌਜੂਦ ਹੈ ਨਾ, ਉਦੋਂ ਤੱਕ ਉਹ ਜ਼ਮੀਰ ਕਰਕੇ ਸਦਾ ਹੀ ਜੀਵੇਗਾ। ਉਹ ਜ਼ਮੀਰ ਕਰਕੇ ਹੁਣ ਮਰਨ ਨਹੀਂ ਲੱਗਾ, ਜਿਵੇਂ ਪਹਿਲਾਂ ਮਰ ਗਿਆ ਸੀਗਾ, ਹੁਣ ਨਹੀਂ ਮਰੇਗਾ, ਕਿਉਂਕਿ ਚੰਗੇ ਗੁਣਾਂ ਨਾਲ ਸਾਂਝ ਪੈ ਗਈ ਨਾ। ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ, ਫਿਰ ਉਹ ਮਰਦਾ ਨਹੀਂ ਹੈ। ਭਾਵ ਜ਼ਮੀਰ ਕਰਕੇ ਕਦੀ ਨਹੀਂ ਮਰਦਾ, ਕਿਉਂਕਿ ਚੰਗੇ ਗੁਣਾਂ ਨਾਲ ਉਹਦੀ ਸਾਂਝ ਪੈ ਗਈ ਹੈ। ਸਰੀਰ ਕਰਕੇ ਤਾਂ ਹਰ ਮਨੁੱਖ ਨੇ ਇੱਕ ਨਾ ਇੱਕ ਦਿਨ ਮਰਨਾ ਹੀ ਹੈ। ਇਹ ਸਰੀਰ ਪੈਦਾ ਹੋਇਆ, ਇਹਨੇ ਡਿਸਟਰੋਏ ਹੋਣਾ ਹੀ ਹੈ, ਇਹ ਰਾਖ ਦੀ ਢੇਰੀ ਹੈ, ਇਹਨੇ ਰਾਖ ਦੇ ਵਿੱਚ ਜਾ ਕੇ ਰਾਖ ਹੋਣਾ ਹੀ ਹੋਣਾ ਹੈ, ਇਹ ਮਿੱਟੀ ਹੈ, ਇਹਨੇ ਮਿੱਟੀ ਦੇ ਵਿੱਚ ਮਿੱਟੀ ਹੋਣਾ ਹੀ ਹੋਣਾ ਹੈ, ਇਹ ਸੱਚਾਈ ਹੈ। ਪਰ ਜਦੋਂ ਤੱਕ ਸਰੀਰ ਕਰਕੇ ਬੰਦਾ ਜੀਂਦਾ ਹੈ ਨਾ, ਜੇ ਚੰਗੇ ਗੁਣਾਂ ਨਾਲ ਸਾਂਝ ਪਾਈ ਹੋਵੇ, ਜ਼ਮੀਰ ਕਰਕੇ ਉਹ ਕਦੀ ਨਹੀਂ ਮਰਦਾ। ਇਸ ਗੱਲ ਨੂੰ ਚੇਤੇ ਰੱਖਿਓ। ਇਹ ਤਿੰਨ ਪ੍ਰਕਾਰ ਦੀ ਮੌਤ ਦਾ ਜ਼ਿਕਰ ਤੁਹਾਨੂੰ ਗੁਰਬਾਣੀ ਦੇ ਵਿੱਚ ਮਿਲ ਜਾਵੇਗਾ। ਹੁਣ ਭਗਤ ਕਬੀਰ ਜੀ ਨੇ ਜਿਹੜੀ ਗੱਲ ਅੱਜ ਕੀਤੀ ਹੈ ਨਾ ਇੱਥੇ, ਉਹ ਕਿਹੜੀ ਮੌਤ ਦਾ ਇੱਥੇ ਜ਼ਿਕਰ ਕਰਦੇ ਪਏ ਨੇ? ਕਬੀਰ ਜੀ ਜ਼ਿਕਰ ਕਰ ਰਹੇ ਨੇ ਤੀਜੀ ਮੌਤ ਦਾ, ਸ਼ਬਦ ਵਾਲੀ ਮੌਤ ਦਾ, ਜਿਉਂਦੇ ਜੀ ਮਰ ਜਾਣਾ। ਕਹਿੰਦੇ ਨੇ ਕਬੀਰ, ਐਸਾ ਏਕ ਆਦ, ਕਹਿੰਦੇ ਇਸ ਦੁਨੀਆਂ ਦੇ ਵਿੱਚ ਨਾ ਹੇ ਕਬੀਰ, ਕੋਈ ਇੱਕ ਅੱਧਾ ਹੀ ਹੁੰਦਾ ਜੋ ਜੀਵਤ ਮ੍ਰਿਤਕ ਹੋਏ, ਜਿਹੜਾ ਨਾ ਜਿਉਂਦੇ ਜੀ ਮਰ ਜਾਵੇ। ਸਰੀਰ ਕਰਕੇ ਜੀ ਰਿਹਾ ਪਰ ਬੁਰਿਆਈਆਂ ਵਾਲੇ ਪਾਸੇ ਤੋਂ ਉਹ ਮਰਿਆ ਪਿਆ, ਚੰਗੇ ਗੁਣਾਂ ਨਾਲ ਸਾਂਝ ਪਾ ਲਈ ਹੈ। ਚੰਗੇ ਗੁਣਾਂ ਨਾਲ ਸਾਂਝ ਪਾਉਣ ਕਰਕੇ ਹੋਇਆ ਕੀ ਹੈ ਕਿ ਬੁਰਿਆਈਆਂ ਵਾਲੇ ਪਾਸੇ ਤੋਂ ਉਹ ਮਰ ਗਿਆ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ, ਦਵੈਸ਼, ਈਰਖਾ, ਇਸ ਪਾਸੇ ਤੋਂ ਮਰਿਆ ਪਿਆ। ਹੁਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਜਿਹੜਾ ਭੈੜਾ ਪ੍ਰਭਾਵ ਹੈ ਨਾ, ਉਹਦੇ ਉੱਤੇ ਅਸਰ ਹੀ ਨਹੀਂ ਪਾਉਂਦਾ ਹੈਗਾ।
उमर गया इस पासे तो, हुण बस वह जिंदगी जी रहा तो गुणा वाली जिंदगी जी रहा। हुण दी जिंदगी दे विच ढैंदी कला नहीं हैगी है, रोना धोना नहीं हैगा है। वह बंदा अंदरों की हमेशा खिड़िया रहिंदा है, चाह दे विच रहिंदा है, अपनी जिंदगी नूं वह माणदा है, जिंदगी दे अंदर खुशहाली जिहड़ी है वह छाई रहिंदी है। नानक भगतां सदा विगास, और सदा दा विगास जिहड़ा है वह जिंदगी दे विच बणिया रहिंदा है। लख खुशियां पातशाहियां जिंदगी दे विच बणिया रहिंदियां ने। जिहड़ी गल भगत कबीर जी ने आखी सी ना कि अब तो जाए चढ़े सिंघासन, मिले हैं सारंग पानी, राम कबीरा एक भए हैं कोई ना सकै पछानी। कहिंदे मैं सिंघासन दे उत्ते बह गया, सिंघासन दे उत्ते बहण दा अर्थ पता की है, हुण मैं आनंद वाली जिंदगी जिहड़ी है वह बतीत करदा पिया। जिहड़ा मनुख चंगे गुणा नाल सांझ पा लैंदा ना ते जीवत मृतक हो जांदा है, सच करके जाणे उहदी जिंदगी आनंद वाली हो जांदी है, जिंदगी बा कमाल हो जांदी है। एहो जी जिंदगी नूं लोग तरसदे ने। बंदा करोड़ा रुपया भी खर्च लवे ना, मिलियन बिलियन भी खर्च लवे ना, तो सोचे कि मैनू ये आनंद मिल जाए, ये सुख मिल जाए, नहीं मिलेगा। कमाना पैंदा है, कमाया किवें जांदा, कमाया किवें जांदा, चंगे गुणा नूं जिंदगी दे विच अपना के कमाया जांदा है। जे जिंदगी विच चंगे गुण नहीं कमाए तो आनंद कमाया नहीं जाना, सुख कमाया नहीं जाना। छोटी जी उदाहरण देव, मान लो एक बंदे दे कोल करोड़ा रुपया होवे, ठीक है जी, उन्हें करोड़ा रुपया कमाया है, उसको मिलियन बिलियन है ने, मिलियनेयर है वो, बिलियनेयर है वो, ठीक है, बहुत पैसा है, मान लो बहुत ज़्यादा पैसा है। कि बहुत ज़्यादा पैसे दे नाल वो बंदा अच्छी सेहत नूं खरीद सकदा कि इदा हुंदा कि जिहड़ा कोई करोड़पति बंदा होवे ते वह जावे किसे एहो जी जगह दे उत्ते कि मैं जी इत्थे तैनूं 1 करोड़ रुपया दिना या 10 करोड़ दिना या 50 करोड़ मैं तैनूं दिना, मैनूं अच्छी सेहत दे दे। अच्छी सेहत कितों दुकान तो मिलती है, दसो मिलती है, नहीं मिलती ना। अच्छी सेहत वास्ते की करना पैंदा, अच्छियां आदतां अपनाउणियां पैंदियां ने, तां बंदे दी सेहत जिहड़ी है वह वधिया हुंदी है। बंदा करोड़ा रुपया भी ला देवे ना, अच्छी सेहत नहीं बंदा कितों खरीद सकदा। भावें 100 बिलियन भी बंदा खर्च देवे ना, मैनूं अच्छी सेहत मिल जाए, पैसे दे के थोड़ी ना मिलती है। अच्छी सेहत जे बंदे नूं चाहीदी है तो उहदे वास्ते उद्यम करना पैंदा है, तां अच्छी सेहत मिलती है। उहदे वास्ते बंदे नूं पता होना चाहीदा कि मेरी बॉडी दे वास्ते की खाणा चंगा है ते की खाणा नहीं चंगा है। अच्छी सेहत रखण वास्ते छोटा जिहा एक फॉर्मूला है, बंदे ने जे अपनी सेहत वधिया रखनी है ना, 80% उहदे विच न्यूट्रीशन दा रोल हुंदा कि बंदा अपने अंदर पा की रहा है। फास्ट फूड तो नहीं पा रहा, पीज़े बर्गर पैटी समोसे छोले भटूरे ये सब तो नहीं पा रहा, की पाँदा पिया, चंगी चीज़ जानी चाहिए अंदर, न्यूट्रीशन जाना चाहिए, जिन्ने प्रोटीन की लोड़ है वह प्रोटीन साडे अंदर जाए, आयरन विटामिन मिनरल फाइबर इन चीज़ों की लोड़ है, ये पूर्ण मात्रा के साडे अंदर जाने चाहिए ने। 80% इस चीज़ का रोल हुंदा है, 20% रोल हुंदा है एक्सरसाइज का, तो उस तो बाद 6 से 8 घंटे की बंदे नूं नींद चाहिए है, जे बंदे ने अपनी बॉडी नूं वधिया तरीके दे नाल रखना हैगा। जदों ये सारियां चीज़ां बंदे दे कोल आउंदियां ने ना, फिर बंदा अपने आप नूं फिट कर सकदा है। ते इहदे वास्ते बंदे नूं कोई 100 बिलियन खर्चन की लोड़ नहीं है, 10 करोड़ 20 करोड़ खर्चन की लोड़ नहीं है, उद्यम करन की लोड़ है सही पासे नूं, अपने आप नूं सियाणा बनाउण दी लोड़ है कि मैनू की खाना चाहिए ते की नहीं खाना चाहिए। जिवें अपनी बॉडी नूं वधिया रखण वास्ते बंदे नूं सियाणे होण दी लोड़ है, सेम टू सेम इस तरीके नाल जे बंदा चाहुंदा ना कि मेरे अंदर हमेशा खुशी खेड़ा आनंद चाह उमंग ये बनिया रहे, तो सच करके जाने इत्थे भी सियाणे होण दी लोड़ है, इत्थे भी बंदे नूं चंगे गुणा नाल सांझ पानी पवेगी, तां जिंदगी विच सब कुछ आ सकदा है।
ਬੰਦਾ ਕਹੇ ਮੈਂ 10 ਕਰੋੜ ਰੁਪਈਆ ਖਰਚਦਾ ਵਾਂ ਮੈਨੂੰ ਖੁਸ਼ੀਆਂ ਮਿਲ ਜਾਣ, ਪੋਸੀਬਲ ਨਹੀਂ ਹੈ। ਬੰਦਾ ਕਹੇ ਮੈਂ 1 ਬਿਲੀਅਨ ਖਰਚ ਦਿੰਦਾ ਮੈਨੂੰ ਖੁਸ਼ੀਆਂ ਮਿਲ ਜਾਣ, ਪੋਸੀਬਲ ਨਹੀਂ ਹੈ। ਇਹ ਚੀਜ਼ਾਂ ਖਰੀਦੀਆਂ ਨਹੀਂ ਜਾਂਦੀਆਂ, ਇਹ ਚੀਜ਼ਾਂ ਕਮਾਈਆਂ ਜਾਂਦੀਆਂ ਨੇ। ਚੰਗੇ ਗੁਣਾਂ ਨੂੰ ਕਮਾਇਆ ਜਾਂਦਾ ਹੈ, ਜਦੋਂ ਚੰਗੇ ਗੁਣਾਂ ਨੂੰ ਜ਼ਿੰਦਗੀ ਵਿੱਚ ਕਮਾਇਆ ਜਾਂਦਾ ਫਿਰ ਖੁਸ਼ੀ ਜ਼ਿੰਦਗੀ ਵਿੱਚ ਆਉਂਦੀ ਹੈ, ਫਿਰ ਬੰਦਾ ਆਤਮਕ ਤੌਰ ਦੇ ਉੱਤੇ ਸਦਾ ਹੀ ਖੇੜੇ ਦੇ ਵਿੱਚ ਹੈ। ਸਿਹਤ ਜਿਹੜੀ ਹੈ ਉਹ ਪੈਸੇ ਦੇ ਕੇ ਨਹੀਂ ਖਰੀਦੀ ਜਾਂਦੀ, ਸਿਹਤ ਵੀ ਕਮਾਈ ਜਾਂਦੀ ਹੈ। ਗਿਆਨ ਲਿਆ ਜਾਵੇ, ਚੰਗਾ ਨਿਊਟ੍ਰੀਸ਼ਨ ਆਪਣੇ ਅੰਦਰ ਪਾਇਆ ਜਾਵੇ, ਐਕਸਰਸਾਈਜ਼ ਕੀਤੀ ਜਾਵੇ, ਜਦੋਂ ਇਹ ਸਾਰੀਆਂ ਚੀਜ਼ਾਂ ਬੰਦਾ ਕਰਦਾ ਤਾਂ ਬੰਦੇ ਦੀ ਸਿਹਤ ਜਿਹੜੀ ਹੈ ਉਹ ਵਧੀਆ ਹੁੰਦੀ ਹੈ। ਅਤੇ ਮੈਂ ਬੇਨਤੀ ਕਰਨੀ ਚਾਹਾਂਗਾ ਜਿਹੜੇ ਤੁਹਾਡੇ ਵਿੱਚੋਂ ਇਸ ਵੀਡੀਓ ਨੂੰ ਵੇਖਦੇ ਪਏ ਨੇ, ਜੇ ਤੁਹਾਡੇ ਵਿੱਚੋਂ ਵੀ ਕੋਈ ਵੇਟ ਆਪਣਾ ਲੌਸ ਕਰਨਾ ਚਾਹੁੰਦਾ ਹੋਵੇ, ਕਿਸੇ ਦਾ ਵੇਟ ਬਹੁਤ ਜ਼ਿਆਦਾ ਹੈ, ਜਾਂ ਕੋਈ ਵੇਟ ਗੇਨ ਕਰਨਾ ਚਾਹੁੰਦਾ ਹੈ, ਜਾਂ ਆਪਣਾ ਕੋਈ ਵੇਟ ਮੈਨੇਜ ਰੱਖਣਾ ਚਾਹੁੰਦਾ ਹੈ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਤੁਹਾਨੂੰ ਡਿਟੇਲ ਦੇ ਵਿੱਚ ਸਮਝਾ ਸਕਦਾ ਵਾਂ ਕਿ ਤੁਹਾਡੀ ਬੋਡੀ ਦੇ ਵਾਸਤੇ ਕੀ ਚੰਗਾ ਹੈਗਾ ਅਤੇ ਕੀ ਨਹੀਂ ਚੰਗਾ ਹੈਗਾ, ਕੀ ਤੁਹਾਨੂੰ ਖਾਣਾ ਚਾਹੀਦਾ ਹੈ ਅਤੇ ਕੀ ਤੁਹਾਨੂੰ ਨਹੀਂ ਖਾਣਾ ਚਾਹੀਦਾ। ਕਿਉਂਕਿ ਬਹੁਤ ਚੀਜ਼ਾਂ ਅਸੀਂ ਐਸੀਆਂ ਖਾ ਰਹੇ ਹੁੰਦੇ ਹਾਂ ਜਿਨ੍ਹਾਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਹੈ, ਪਰ ਫਿਰ ਵੀ ਅਸੀਂ ਖਾ ਰਹੇ ਹਾਂ ਉਹ ਚੀਜ਼ਾਂ। ਅਤੇ ਜਿਸ ਚੀਜ਼ ਦੀ ਸਾਡੀ ਬੋਡੀ ਨੂੰ ਲੋੜ ਹੈਗੀ ਹੈ ਉਹ ਚੀਜ਼ਾਂ ਆਪਾਂ ਖਾਂਦੇ ਹੀ ਨਹੀਂ ਹੈਗੇ। ਜੇ ਕਿਸੇ ਨੂੰ ਆਪਣਾ ਵੇਟ ਲੌਸ ਕਰਨਾ ਹੈ ਤਾਂ ਫੋਨ ਨੰਬਰ ਥੱਲੇ ਆ ਰਿਹਾ ਹੋਏਗਾ, ਤੁਸੀਂ ਸੰਪਰਕ ਕਰ ਸਕਦੇ ਹੈਗੇ ਹੋ। ਜੇ ਅੱਜ ਆਪਣੇ ਆਪ ਨੂੰ ਫਿੱਟ ਕਰ ਲਵਾਂਗੇ ਨਾ ਤਾਂ ਸੱਚ ਕਰਕੇ ਜਾਣਿਓ ਆਉਣ ਵਾਲਾ ਟਾਈਮ ਜਿਹੜਾ ਹੈ ਨਾ ਉਹ ਸਾਡਾ ਵਧੀਆ ਹੋ ਸਕਦਾ। ਨਹੀਂ ਤਾਂ ਹੋਏਗਾ ਪਤਾ ਕੀ, ਬਹੁਤੇ ਬੰਦੇ ਪਤਾ ਕੀ ਕਰਦੇ ਨੇ, ਜਿਹੜਾ ਬੰਦੇ ਦਾ ਜਵਾਨੀ ਵਾਲਾ ਟਾਈਮ ਹੈ ਨਾ ਬੰਦਾ ਸਿਰਫ ਪੈਸਾ ਕਮਾਉਣ ਵਾਲੇ ਪਾਸੇ ਨੂੰ ਭੱਜ ਰਿਹਾ, ਪੈਸਾ ਕਮਾ ਲਾਂ ਪੈਸਾ ਕਮਾ ਲਾਂ ਪੈਸਾ ਕਮਾ ਲਾਂ। ਚਲੋ ਬੰਦੇ ਨੇ ਪੈਸਾ ਕਮਾ ਲਿਆ, ਪੈਸਾ ਕਮਾ ਕੇ ਬੰਦੇ ਨੇ ਲਈ ਮਰਸਡੀਜ਼ BMW, ਠੀਕ ਹੈ। ਕਾਹਦੇ ਵਾਸਤੇ ਲਈ ਸੀ ਕਿ BMW ਦੇ ਉੱਤੇ ਘੁੰਮਿਆ ਫਿਰਿਆ ਕਰਾਂਗੇ, ਮਰਸਡੀਜ਼ ਦੇ ਵਿੱਚ ਘੁੰਮਿਆ ਫਿਰਿਆ ਕਰਾਂਗੇ, ਮੌਜ ਕਰਾਂਗੇ। ਪਰ ਹੁੰਦਾ ਪਤਾ ਕੀ ਹੈ, ਬੰਦੇ ਨੇ ਮਹਿੰਗੀ ਗੱਡੀ ਤਾਂ ਲੈ ਲਈ ਹੈ ਪਰ ਸਰੀਰ ਦਾ ਹੁਣ ਸੱਤਿਆਨਾਸ ਵੱਜ ਚੁੱਕਿਆ ਹੈ, ਬੰਦੇ ਨੇ ਧਿਆਨ ਨਹੀਂ ਦਿੱਤਾ ਆਪਣੀ ਬੋਡੀ ਵਾਲੇ ਪਾਸੇ ਨੂੰ, ਅੱਜ ਸਰੀਰ ਦਾ ਸੱਤਿਆਨਾਸ ਵੱਜ ਚੁੱਕਿਆ, ਹੁਣ ਉਹ ਗੱਡੀ ਜਿਹੜੀ ਘੁੰਮਣ ਫਿਰਨ ਵਾਸਤੇ ਲਈ ਸੀ ਉਹ ਗੱਡੀ ਪਤਾ ਕਿੱਥੇ ਜਾਂਦੀ ਹੈ, ਉਹ ਗੱਡੀ ਹਸਪਤਾਲ ਦੇ ਗੇੜੇ ਕੱਢਦੀ ਪਈ ਹੈ। ਬੰਦਾ ਹਸਪਤਾਲ ਦੇ ਵਿੱਚ ਡਾਕਟਰਾਂ ਨੂੰ ਜਾ ਕੇ ਲੱਖਾਂ ਰੁਪਈਆ ਫੀਸਾਂ ਭਰਦਾ ਪਿਆ ਹੈ ਅਤੇ ਨਿੱਤ ਪਰੇਸ਼ਾਨ ਹੋ ਰਿਹਾ, ਕਿਉਂਕਿ ਬੋਡੀ ਦੇ ਵਿੱਚ ਜੋ ਪਾਣਾ ਸੀਗਾ ਸਹੀ ਟਾਈਮ ਦੇ ਉੱਤੇ ਉਹ ਪਾਇਆ ਨਹੀਂ, ਬੋਡੀ ਨੂੰ ਨਿਊਟ੍ਰੀਸ਼ਨ ਮਿਲਿਆ ਨਹੀਂ, ਜਿਹਦੇ ਕਰਕੇ ਅੱਜ ਵੱਡੀਆਂ ਵੱਡੀਆਂ ਪ੍ਰੋਬਲਮਸ ਨੇ ਜਿਹੜੀਆਂ ਉਹ ਸਾਡੇ ਸਾਹਮਣੇ ਆਈਆਂ ਹੋਈਆਂ ਨੇ। ਅੱਜ ਜੇ ਜ਼ਿੰਦਗੀ 35 ਸਾਲ ਦੀ ਹੈ ਨਾ, ਜਵਾਨੀ ਹੈ ਬੰਦੇ ਦੇ ਉੱਤੇ 30 ਸਾਲ ਦੀ ਹੈ, 25 ਸਾਲ ਦੀ ਹੈ, ਅੱਜ ਨਹੀਂ ਬੰਦੇ ਨੂੰ ਪਤਾ ਲੱਗਦਾ। ਪਤਾ ਕਦੋਂ ਲੱਗਦਾ, ਜਦੋਂ ਏਜ ਥੋੜ੍ਹੀ ਵੱਧ ਜਾਂਦੀ ਹੈ ਫਿਰ ਪਤਾ ਲੱਗਦਾ, ਜਦੋਂ ਹਸਪਤਾਲ ਦੇ ਧੱਕੇ ਖਾਣੇ ਪੈਂਦੇ ਨੇ। ਇਸ ਕਰਕੇ ਗੌਰ ਕਰਿਓ, ਆਪਣੇ ਅੰਦਰ ਅੱਜ ਹੀ ਸਹੀ ਚੀਜ਼ ਪਾਉਣੀ ਸ਼ੁਰੂ ਕਰ ਦਿਓ, ਕੀ ਸਾਡੀ ਬੋਡੀ ਵਾਸਤੇ ਚੰਗਾ ਹੈ ਕੀ ਨਹੀਂ ਚੰਗਾ ਹੈ, ਇਸ ਚੀਜ਼ ਦੇ ਉੱਤੇ ਖੁਦ ਸਟੱਡੀ ਕਰੋ। ਨਹੀਂ ਤਾਂ ਮੈਨੂੰ ਕਾਲ ਕਰੋ, ਮੈਂ ਤੁਹਾਨੂੰ ਦੱਸਾਂਗਾ ਕੀ ਸਾਡੀ ਬੋਡੀ ਵਾਸਤੇ ਚੰਗਾ ਹੈ ਅਤੇ ਕੀ ਚੰਗਾ ਨਹੀਂ ਹੈ, ਸਾਨੂੰ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਅਸੀਂ ਹਸਪਤਾਲ ਦੇ ਵਿੱਚ ਧੱਕੇ ਖਾਣ ਤੋਂ ਬਚ ਸਕੀਏ। ਨਹੀਂ ਤਾਂ ਬਸ ਪੈਸਾ ਹੈ ਬੰਦੇ ਦੇ ਕੋਲ ਪਰ ਤੰਦਰੁਸਤੀ ਨਹੀਂ ਹੈ ਬੰਦੇ ਦੇ ਕੋਲ, ਬੰਦਾ ਧੱਕੇ ਖਾ ਰਿਹਾ, ਹਸਪਤਾਲ ਦੇ ਬੈੱਡਾਂ ਦੇ ਉੱਤੇ ਜਾ ਕੇ ਲੰਮਾ ਪੈਣ ਵਾਸਤੇ ਤਿਆਰ ਹੋਇਆ ਹੋਇਆ। ਪਰ ਜੇ ਆਪਾਂ ਪਹਿਲਾਂ ਹੀ ਆਪਣੇ ਅੰਦਰ ਚੰਗੀ ਚੀਜ਼ ਪਾ ਲਵਾਂਗੇ ਨਾ ਤਾਂ ਸਾਨੂੰ ਉੱਥੇ ਮਤਲਬ ਜਾਣਾ ਨਹੀਂ ਪਏਗਾ। ਇਹ ਗੱਲ ਮੈਨੂੰ ਪਿਛਲੇ ਟਾਈਮ ਦੇ ਵਿੱਚ ਸਮਝ ਆਈ ਹੈਗੀ ਹੈ ਅਤੇ ਤਾਂ ਮੈਂ ਤੁਹਾਡੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਉਹ ਸ਼ੇਅਰ ਕਰਦਾ ਪਿਆ ਵਾਂ। ਭਗਤ ਕਬੀਰ ਦੀ ਜਿਹੜੀ ਗੱਲ ਕਹਿ ਰਹੇ ਨਾ, ਕਬੀਰ ਐਸਾ ਏਕ ਆਦਿ ਜੋ ਜੀਵਤ ਮ੍ਰਿਤਕ ਹੋਏ, ਇੱਥੇ ਗੱਲ ਕੇਵਲ ਗੁਣਾਂ ਦੀ ਥੋੜ੍ਹੀ ਨਾ, ਗੁਣਾਂ ਦੀ ਵੀ ਗੱਲ ਹੈ ਪਰ ਉਸ ਤੋਂ ਅੱਗੇ ਵੀ ਅਸੀਂ ਇਹਨੂੰ ਸਮਝ ਸਕਦੇ ਹਾਂ ਵੀ ਜਿਉਂਦੇ ਜੀ ਨਾ ਮ੍ਰਿਤਕ ਹੋਣਾ, ਬੰਦਾ ਜੀ ਰਿਹਾ ਸਰੀਰ ਕਰਕੇ ਪਰ ਮ੍ਰਿਤਕ ਹੋਣਾ। ਕਿਵੇਂ ਮ੍ਰਿਤਕ ਹੋਣਾ, ਬੰਦਾ ਕਹੇ ਮੈਂ ਅੱਜ ਤੋਂ ਫਾਸਟ ਫੂਡ ਛੱਡਿਆ, ਫਾਸਟ ਫੂਡ ਵਾਲੇ ਪਾਸੇ ਤੋਂ ਮੈਂ ਮਰ ਗਿਆ, ਮੈਂ ਨਹੀਂ ਖਾਂਦਾ ਫਾਸਟ ਫੂਡ, ਫਾਸਟ ਫੂਡ ਵਾਲੇ ਪਾਸੇ ਤੋਂ ਮਰ ਗਿਆ, ਸਮੋਸੇ ਵਾਲੇ ਪਾਸੇ ਤੋਂ ਮਰ ਗਿਆ, ਪੀਜ਼ੇ ਵਾਲੇ ਪਾਸੇ ਤੋਂ ਮਰ ਗਿਆ, ਬਰਗਰ ਵਾਲੇ ਪਾਸੇ ਤੋਂ ਮਰ ਗਿਆ, ਛੋਲੇ ਭਟੂਰਿਆਂ ਵਾਲੇ ਪਾਸੇ ਤੋਂ ਮਰ ਗਿਆ, ਕੋਲਡ ਡਰਿੰਕ ਵਾਲੇ ਪਾਸੇ ਤੋਂ ਮਰ ਗਿਆ। ਜਿਹੜੀਆਂ ਚੀਜ਼ਾਂ ਵੀ ਸਾਡੀ ਬੋਡੀ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਨਾ, ਉਸ ਪਾਸੇ ਤੋਂ ਮਰ ਜਾਓ, ਭਾਵ ਉਹਨੂੰ ਨਾ ਖਾਓ, ਤਾਂ ਇਸ ਸਰੀਰ ਨੂੰ ਵਧੀਆ ਰੱਖਿਆ ਜਾ ਸਕਦਾ ਹੈ। ਹਾਂ ਠੀਕ ਹੈ, ਬੰਦੇ ਨੇ ਕਿਤੇ ਮਹੀਨੇ ਦੇ ਵਿੱਚ 1 ਵਾਰੀ ਖਾ ਲਿਆ ਕੋਈ ਫਰਕ ਨਹੀਂ ਪੈਂਦਾ,
मैं की किया महीने दे विच किते एक वारी खा लिया जो भी तुहानू पसंद है फास्ट फूड दे विच पिज़्ज़ा बर्गर छोले भटूरे जो भी महीने च एक वारी 30-31 दिनों दे विच एक वारी खा लिया कोई फर्क नहीं पैंदा। पर जिहड़े लोग रोज़ाना ही खांदे ने स्विगी तो ऑर्डर किया जोमैटो तो ऑर्डर किया रोज़ाना ही यही चीज़ चल रही है चली जा रहा सच करके जाने शरीर का सत्यानाश वज जाएगा कबीर जी जे इत्थे गुणा की गल सानू समझा रहे ने ना तो असी यह भी गल समझनी है कि ज्यौंदे जी जिहड़ियां चीज़ां साढ़े शरीर नू बीमार करन वालियां ने वह भी असी त्याग देनियां ने बहुता ज़्यादा नहीं खाना उन्हूं अपनी जिंदगी वेच जिथे असी चंगे गुणा नू अपनाउणा है ना उत्थे नॉलेज भी लैनी है कि जे असी अपने शरीर नू चंगा रखना तो साढ़े शरीर वास्ते की खाना चंगा है तो की खाना चंगा नहीं है। जिवें असी अंदर दी गल करदे आ कि असी अपने अंदर नू जे खुशी विच रखना खेड़े विच रखना उहदे वास्ते गुणा नू कमाउण दी लोड़ है जे असी शरीर नू वधिया रखना तो सानू इह जानण दी लोड़ है कि साडी बॉडी वास्ते की चंगा है ते की नहीं चंगा। कबीर जी कहिंदे ने कहिंदे कोई एक अद्धा ही है हुण एक अद्धे दा अर्थ ये भी ना इत्थे समझ लियो कबीर ऐसा एक आद भी शायद दुनिया दे विच ना कोई एक अलग जिहा कोई मनुख हुंदा होएगा पैदा ते इत्थे किते उहदी गल हो रही है नहीं एक अद्धे दे विच मैं भी आ सकदा वां तुसीं भी आ सकदे हो जिस बंदे ने भी गुणा वाले पासे नूं उद्यम कर लिया है ना वह एक अद्धे दे विच आ जांदा है। जिस मनुख ने अपना उद्यम सही पासे कर लिया वह एक अद्धे की कैटेगरी दे विच आ गया है। जिस मनुख ने भैड़ियां चीज़ां खाणियां छड़ दित्तियां चंगा न्यूट्रीशन अपने अंदर पाउणा शुरू कर दिता वह एक अद्धे की कैटेगरी दे विच आ गया है। बस इस गल नूं आपां सभना ने चेते रखना है कबीर ऐसा एक आद जो जीवत मृतक होए निरभय होए कै गुण रवै। कहिंदे जिहड़ा बंदा जीवत मृतक हो जाता है ना जिन्हें चंगे गुणा नूं कमा लिया ते भैड़ियां आदतां वाले पासे तो जिहड़ा मर जाता है कहिंदे फिर ना वह निरभय होए कै गुण रवै। उहदा फोकस पता की हुंदा वो कहिंदा हुण मैं गुणा नूं ही कमाउणा है ते वह गुणा नूं कमाउण वेले ना निरभय हो जाता उहनूं परवाह नहीं रहिंदी कि दुनिया के लोग हुण की कहणगे मेरे बारे दे विच ठीक है ना भी मैं हुण किसे पार्टी दे उत्ते गया वां मैं उत्थे फास्ट फूड नहीं खा रहा जो उत्थे फालतू चीज़ां पाईयां ने वो मैं नहीं खा रहा उन्हूं इस गल की परवाह नहीं हुंदी भी हुण मैनू खाना ही पैना है नहीं खावांगा तो लोग की कहणगे वो इस पासे ध्यान नहीं दिंदा वो अपनी जिंदगी दे विच सच नूं कमाउंदा है संतोख नूं कमाउंदा है दया नूं कमाउंदा है धीरज नूं कमाउंदा है ईमानदारी नूं कमाउंदा है उहनूं कोई फर्क नहीं पैंदा लोग की कहिंदे ने ते की नहीं कहिंदे। जे उहने अपनी जिंदगी विच संतोख नूं कमाया है ना तो वह फिर डट के संतोख नूं कमाउंदा वो इस पासे ध्यान नहीं दिंदा कि हुण मैं अपने पुत्र दा विआह करन लगा वां ते जे मैं लड़की वालियां दे कोलों दहेज ना लिया तो लोग की कहणगे दहेज ते मैनूं लैणा ही पैणा है इदां दी सोच जिहड़ी है ना वो खत्म हो जाती है। जे दहेज नहीं लैणा तो वह फिर नहीं लैंदा संतोखी हो गया ना निरभय हो गया गुणा नूं कमा लिया जिंदगी दे विच निरभय हो गया निरभय होए कै गुण रवै और निरभय होकर गुणा नूं जिंदगी दे विच कमा रहा है जत पेखों तत सोए ते हुण वो बंदा अपनी जिंदगी दे विच जिधर भी वेखदा है ना उधर ही उहनूं पता की नज़र आंदा उहनूं हर पासे अपनी जिंदगी दे विच फिर बस खुशियां ही खुशियां खेड़े ही खेड़े आनंद ही आनंद नज़र आंदा है। वह बंदा अंदरों भी स्वस्थ है ते शरीर करके भी तंदुरुस्त है अंदरों मन करके भी तंदुरुस्त हो गया शरीर करके भी तंदुरुस्त हो गया जिंदगी जिहड़ी है वह खुशहाल बन गई शरीर करके भी खुशियां माण रहा है ते अंदरों दी मन करके भी वह खुशियां माणदा है जत पेखों तत सोए जिधर भी वेखदा है उहनूं खेड़ा आनंद खुशियां ही अपनी जिंदगी दे विच फिर नज़र आउंदियां ने। बस गल ए है कि चंगे गुणा नूं अपनी जिंदगी दे विच अपनाइए चंगा सीखीए चंगे बणीए शरीर नूं तंदुरुस्त रखना है चंगी नॉलेज लओ ते अपनी जिंदगी नूं सवारन वाले पासे नूं तुरो। जिहड़े भैण भरा ये चाहुंदे ने ना कि असी अपने शरीर नूं वधिया रखना है तंदुरुस्त रखना है मैं उहनां दे लई एक बेनती करनी चाहवांगा साडा ना एक फिट फैमिली क्लब हैगा ऑनलाइन जूम दे उत्ते रोज़ाना सैशन हुंदे ने सवेरे 6 बजे तो लैके
7 बजे तक तो शामी 5:30 तो लैके 6:30 बजे तक। जे तुसी जॉइन करना चाहो ना तो तुसी मैनू व्हाट्सएप के उत्ते मैसेज कर सकते हो या कॉल कर सकते हो। उहदे विच की हुंदा है, अद्धा घंटा एक्सरसाइज कराई जाती है तो अद्धा घंटा नॉलेज दिती जाती है कि असी अपनी बॉडी नू वधिया तरीके दे नाल किवें रख सकते हैं। ठीक है जी, तो जे तुसी उह जॉइन करना चाहो, नॉलेज लैनी चाहो, एक्सरसाइज करनी चाहो तो तुसी मैनू एनी टाइम व्हाट्सएप उत्ते मैसेज करो या कॉल करो, मैं तुहानू उहदा लिंक जिहड़ा है ना जूम सैशन का लिंक वो शेयर करांगा ते तुसी उत्थे आके देखियो, तुहानू पता लगेगा असी किहड़ियां किहड़ियां गलतियां करदे पए हां ते सानू की करना चाहीदा हैगा ते असी अपने शरीर नू वधिया करन वाले पासे नू तुर सकदे हैगे आ, वेट घटा भी सकदे आ, वेट साडा गेन भी हो सकदा है। ठीक है, ते मैनेज भी हो सकदा है। ये लोड़ है अज दी, असीं अज अपने आप नू सवार लईए अंदरों बाहरों दोवें पासे तां कि साडा फ्यूचर जिहड़ा है वह कमाल दा हो सके। जे तुहानू ये वीडियो चंगी लगी है इस वीडियो नू लाइक करियो अते वध तो वध इस वीडियो नू शेयर कर दियो तां कि ये विचार जिहड़ी है वह दूर दूर तक जा सके। जदों तुसी वीडियो नू लाइक करदे हो ना तो वीडियो दी रीच यूट्यूब वधा दिंदा है तो वीडियो जिहड़ी है वह दूर दूर तक जांदी है, वध लोकां तक पहुँचती है तो लोग अपनी जिंदगी नू सवार सकदे ने। जे अजे तक तुसी यूट्यूब चैनल नू सबसक्राइब नहीं कीता सबसक्राइब जरूर कर लियो ਤਾਂ ਕਿ ਜਦੋਂ ਅਗਲੀ ਵੀਡੀਓ ਆਵੇ 6ਵੇਂ ਸ਼ਲੋਕ ਦੀ ਵਿਚਾਰ ਯੂਟਿਊਬ ਦੇ ਉੱਤੇ ਪਵੇ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ। ਧੰਨਵਾਦ।